ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤੂੰ ਮੇਰੋ ਮੇਰ ਪਰਬਤ ਹਰ ਸਵਾਮੀ ਓਟ ਗਈ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ ਪਾਪਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਏ ਸਮਾਇਆ ਸਤਿਗੁਰ ਮੇਰਾ ਜੀ ਰਾਜ ਮੈਂ ਰਾਜਾ ਜੋਗ ਮੈਂ ਜੋਗੀ ਸਤਿਗੁਰ ਮੇਰਾ ਜੀ ਰਾਜ ਮੈਂ ਰਾਜਾ ਜੋਗ ਮੈਂ ਜੋਗੇ ਅੰਤ ਨਾ ਪਾਇਆ ਸੁਰਗ ਮੱਚ ਪਿਆਲ ਜੀਓ ਰਾਜਨ ਮੈਂ ਤੂੰ ਰਾਜਾ ਕਹੀਐ ਪੂਮਨ ਮੈਂ ਪੂਮਾ ਠਾਕਰ ਮੈਂ ਠਕਰਾਈ ਤੇਰੀ ਪੂਮਨ ਸਿਰ ਪੂਮਾ ਪਿਤਾ ਮੇਰੋ ਵੱਡੋ ਧਨੀ ਅਗਮਾ ਉਸਤਤ ਕਵਣ ਕਰੀਜੈ ਕਰਤੇ ਪੇਖ ਰਹੇ ਬਿਸਮਾ ਸਤਿਗੁਰ ਮੇਰਾ ਜੀ ਰਾਜ ਮੈਂ ਰਾਜਾ ਜੋਗ ਮੈਂ ਜੋਗੇ ਸਤਿਗੁਰ ਮੇਰਾ ਜੀ ਰਾਜ ਮੈਂ ਰਾਜਾ ਜੋਗ ਮੈਂ ਜੋਗੇ ਸਤਿਗੁਰ ਮੇਰਾ ਜੀ ਰਾਜ ਮੈਂ ਰਾਜਾ ਜੋਗ ਮੈਂ ਜੋਗੀ ਸਤਿਗੁਰ ਮੇਰਾ ਜੀ ਰਾਜ ਮੈਂ ਰਾਜਾ ਜੋਗ ਮੈਂ ਜੋਗੀ ਸਤਿਗੁਰ ਮੇਰਾ ਜੀ ਰਾਜ ਮੈਂ ਰਾਜਾ ਜੋਗ ਮੈਂ ਜੋਗੀ ਸਤਿਗੁਰ ਮੇਰਾ ਜੀ ਰਾਜ ਮੈਂ ਰਾਜਾ ਜੋਗ ਮੈਂ ਜੋਗੀ ਪਿਆਰੇ ਸਤਿਗੁਰ ਮੇਰਾ ਸਾਜੀ ਨਿਵਾਜੀ ਸਤਿਸੰਗ ਜੀਓ ਵੱਡੇ ਭਾਗ ਨੂੰ ਗੁਰੂ ਪਿਆਰਿਆਂ ਦੇ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰਨ ਵਾਸਤੇ ਗੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਦਸਵੀਂ ਜੋਤ ਜੋ ਪ੍ਰੋਗਰਾਮ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਲੀਕਿਆ ਉਹੀ ਪ੍ਰੋਗਰਾਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਲਾਇਆ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿਸੰਗਤ ਜੀ
ਮੁਸਲਮਾਨੀ ਰਾਜ ਬਹੁਤ ਜ਼ੁਲਮ ਹੋ ਰਿਹਾ ਸੀ। ਔਰੰਗਜ਼ੇਬ ਬਾਦਸ਼ਾਹ ਜ਼ੁਲਮ ਕਰ ਰਿਹਾ ਸੀ ਹਿੰਦੂਆਂ ਦੇ ਉੱਪਰ। ਉਸ ਵੇਲੇ ਸਤਿ ਸੰਗਤ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੱਬੇ ਕੁਚਲੇ ਲਤਾੜੇ ਹੋਏ ਲੋਕਾਂ ਨੂੰ ਇੱਕ ਆਵਾਜ਼ ਦਿੱਤੀ, ਇੱਕ ਪਲੇਟਫਾਰਮ ਦੇ ਉੱਪਰ ਖੜ੍ਹਾ ਕੀਤਾ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ। ਸਾਧ ਸੰਗਤ ਜੀ, ਖਾਲਸਾ ਪੰਥ ਦੀ ਸਾਜਨਾ ਕੀਤੀ, ਜ਼ੁਲਮ ਦੇ ਨਾਲ ਟੱਕਰ ਸ਼ੁਰੂ ਹੋ ਗਈ, ਸੱਚ ਅਤੇ ਝੂਠ ਦੀ ਲੜਾਈ ਸ਼ੁਰੂ ਹੋ ਗਈ, ਪੁੰਨੀਆਂ ਅਤੇ ਪਾਪੀਆਂ ਦੀ ਲੜਾਈ ਸ਼ੁਰੂ ਹੋ ਗਈ। ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਖਿਆ ਪਹਾੜੀ ਰਾਜਿਆਂ ਨੂੰ ਕਿ ਆਓ ਤੁਸੀਂ ਵੀ ਅੰਮ੍ਰਿਤ ਛਕੋ, ਤੁਸੀਂ ਵੀ ਸਿੰਘ ਸਾਜੋ। ਆਖਣ ਲੱਗੇ ਜੀ, ਤੁਸੀਂ ਤਾਂ ਸਾਰੇ ਨੀਵੀਆਂ ਜਾਤਾਂ ਵਾਲਿਆਂ ਨੂੰ ਇੱਕੋ ਬਾਟੇ ਦੇ ਵਿੱਚ ਅੰਮ੍ਰਿਤ ਛਕਾਈ ਜਾਂਦੇ ਹੋ, ਅਸੀਂ ਉੱਚੀਆਂ ਜਾਤਾਂ ਵਾਲੇ ਖੱਤਰੀ ਵੱਡੀਆਂ ਵੱਡੀਆਂ ਉੱਚੀਆਂ ਬ੍ਰਾਹਮਣਾਂ ਦੀ ਜਾਤ ਦੇ ਵਿੱਚੋਂ, ਅਸੀਂ ਨੀਵੀਆਂ ਜਾਤਾਂ ਦੇ ਨਾਲ ਅੰਮ੍ਰਿਤ ਨਹੀਂ ਛਕਣਾ, ਸਾਡੇ ਵਾਸਤੇ ਲਹਿਦਾ ਬਾਟਾ ਤਿਆਰ ਕਰੋ। ਸੋ ਕਹਿਣ ਤੋਂ ਬਾਅਦ ਜਵਾਬ ਦੇ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਸਭ ਨੀਵੀਆਂ ਜਾਤਾਂ ਵਾਲੇ ਵੱਡੀਆਂ ਜਾਤਾਂ ਵਾਲਿਆਂ ਨੂੰ ਇਕੱਠੇ ਕਰਕੇ ਆਖਿਆ ਪਹਾੜੀ ਰਾਜਿਆਂ ਨੇ ਕਿ ਨੀਵੀਆਂ ਜਾਤਾਂ ਵਾਲਿਆਂ ਨੂੰ ਤੁਸੀਂ ਕੀ ਬਣਾ ਦੋਗੇ, ਇਹਨਾਂ ਨੇ ਤਾਂ ਸ਼ੂਦਰੇ ਰਹਿਣਾ। ਮਹਾਰਾਜ ਜੀ ਆਖਣ ਲੱਗੇ, ਇਹਨ ਹੀ ਕੋ ਸਰਦਾਰ ਬਣਾਉਂ, ਤਵੇ ਗੋਬਿੰਦ ਸਿੰਘ ਨਾਮ ਕਹਾਉਂ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ੁਲਮ ਦੇ ਨਾਲ ਟੱਕਰ ਲੈਣ ਵਾਸਤੇ ਸਾਧ ਸੰਗਤ ਜੀ ਕਿੱਡੀਆਂ ਮੁਸੀਬਤਾਂ ਝੱਲੀਆਂ, ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣਾ ਕੀਤਾ, ਯੁੱਧ ਹੋਇਆ, ਪਰਿਵਾਰ ਵਿਛੜਿਆ, ਸਰਸਾ ਦੇ ਕਿਨਾਰੇ ਦੇ ਉੱਪਰ ਪਹੁੰਚੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਸਾਹਿਬ ਬੈਠੇ ਨੇ। ਮਹਾਰਾਜ ਜੀ ਪਿੱਛੇ ਫੌਜਾਂ ਆ ਰਹੀਆਂ ਨੇ ਅਤੇ ਸਿੰਘ ਵੀ ਪਿੱਛੇ ਪਿੱਛੇ ਆ ਰਹੇ ਨੇ। ਕਲਗੀ ਵਾਲੇ ਪਾਤਸ਼ਾਹ ਬੈਠ ਗਏ ਨਗਰ ਤੋਂ ਬਾਹਰ। ਹੁਣ ਮਹਾਰਾਜ ਜੀ ਬਿਉਂਤ ਬਣਾਉਂਦੇ ਨੇ ਅਗਲੇ ਪ੍ਰੋਗਰਾਮ ਦੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਰਗਾ ਜਰਨੈਲ ਕੋਈ ਨਹੀਂ ਹੋਇਆ, ਉਹਨਾਂ ਨੂੰ ਪਤਾ ਸੀ ਵੀ ਹੁਣ ਜੰਗ ਹੋਵੇਗੀ। ਭਾਈ ਦਇਆ ਸਿੰਘ ਨੂੰ ਆਖਣ ਲੱਗੇ, ਦਇਆ ਸਿੰਘਾ, ਉਹ ਜੋ ਸਾਹਮਣੇ ਉੱਚੀ ਹਵੇਲੀ ਹੈ ਉਸ ਦੇ ਵਿੱਚ ਮੋਰਚਾ ਬਣਾਈਏ। ਆਖਣ ਲੱਗਾ, ਮਹਾਰਾਜ ਜੀ ਸਤ ਬਚਨ। ਸੋ 40 ਕੁ ਸਿੰਘ ਸੀ ਮਹਾਰਾਜ ਜੀ ਦੇ ਨਾਲ ਸਾਧ ਸੰਗਤ ਜੀ ਉਸ ਵੇਲੇ। 40 ਸਿੰਘਾਂ ਨੂੰ ਨਾਲ ਲੈ ਕੇ ਕਲਗੀ ਵਾਲੇ ਪਾਤਸ਼ਾਹ ਨੇ ਉਸ ਉੱਚੀ ਹਵੇਲੀ, ਜਿਸਨੂੰ ਕੱਚੀ ਗੜ੍ਹੀ ਦਾ ਨਾਮ ਦਿੱਤਾ ਗਿਆ ਹੈ, ਉਸ ਦੇ ਵਿੱਚ ਮਹਾਰਾਜ ਜੀ ਨੇ ਮੋਰਚਾ ਲਾਇਆ। ਸੋ ਸਾਧ ਸੰਗਤ ਜੀ ਪਿੱਛੇ ਪਿੱਛੇ ਫੌਜਾਂ ਆ ਰਹੀਆਂ ਸੀ, ਪਹਾੜੀ ਰਾਜਿਆਂ ਦੀਆਂ, ਦਿੱਲੀ ਦੀਆਂ ਫੌਜਾਂ, ਸਰਹੰਦ ਵਾਲੇ ਸੂਬੇ ਦੀਆਂ ਫੌਜਾਂ। ਸੋ ਰਾਤੋਂ ਰਾਤ ਗੜ੍ਹੀ ਨੂੰ ਘੇਰ ਲਿਆ, ਰਾਤੋਂ ਰਾਤ ਗੜ੍ਹੀ ਦੇ ਆਲੇ ਦੁਆਲੇ ਮੋਰਚੇ ਬਣਾ ਲਏ। ਬੜੇ ਖੁਸ਼ ਹੋਏ ਵੀ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਹੱਥੀਂ ਪਕੜ ਲਾਂਗੇ, ਹੁਣ ਮਹਾਰਾਜ ਜੀ ਕਿੱਥੇ ਜਾ ਸਕਦੇ ਨੇ। ਸੋ ਕਲਗੀ ਵਾਲੇ ਪਾਤਸ਼ਾਹ, ਸਵੇਰ ਹੋਈ, ਦਿਨ ਚੜ੍ਹਿਆ, ਲੜਾਈ ਸ਼ੁਰੂ ਹੋ ਗਈ। ਸਾਧ ਸੰਗਤ ਜੀ, ਗੁਰੂ ਮਹਾਰਾਜ ਜੀ ਨੇ ਆਪਣੀ ਕਮਾਨ ਦੇ ਵਿੱਚੋਂ ਤੀਰਾਂ ਦੇ ਮੀਂਹ ਵਰਸਾਏ, ਪੰਜ ਪੰਜ ਦੇ ਜਥੇ ਭੇਜ ਕੇ ਸਾਧ ਸੰਗਤ ਜੀ ਲੱਖਾਂ ਨੂੰ ਮੌਤ ਦੇ ਘਾਟ ਉਤਾਰਦੇ ਨੇ। ਕਲਗੀ ਵਾਲੇ ਦੇ ਯੋਧੇ ਸੂਰਮੇ ਉੱਪਰ ਖੜ੍ਹੇ ਲਲਕਾਰੇ ਮਾਰਦੇ ਨੇ ਕਿ ਆਓ ਆਓ, ਲੋਕੇ ਕਿਉਂ ਬੈਠੇ ਹੋ ਮੋਰਚਿਆਂ ਦੇ ਵਿੱਚ, ਜੇ ਹਿੰਮਤ ਹੈ ਸਾਡਾ ਮੁਕਾਬਲਾ ਕਰੋ। ਸੋ ਇਸ ਤਰ੍ਹਾਂ ਸਾਧ ਸੰਗਤ ਜੀ, ਕਲਗੀ ਵਾਲੇ ਪਾਤਸ਼ਾਹ ਦੇ ਸੂਰਮੇ ਇਸ ਤਰ੍ਹਾਂ ਕੜ੍ਹੀ ਦੇ ਉੱਪਰ ਮੌਤ ਨੂੰ ਘੂਰ ਘੂਰ ਕੇ ਆਖਦੇ ਨੇ ਕਿ ਆਓ ਹੁਣ, ਜੇ ਹਿੰਮਤ ਹੈ ਤਾਂ ਆ ਕੇ ਸਾਡੇ ਵੱਲ ਦੇਖੋ ਤਾਂ ਸਹੀ। ਧੰਨ ਕਲਗੀ ਵਾਲੇ ਪਾਤਸ਼ਾਹ ਜਿਨ੍ਹਾਂ ਨੇ ਐਸੀ ਸਪਿਰਟ ਭਰੀ ਸਿੰਘਾਂ ਦੇ ਵਿੱਚ। ਕੂਰ ਕੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ, ਕੂਰ ਕੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ, ਮੁੱਠ ਲੈ ਕੇ ਤੇਰੇ
परखने दी पवे किते लोड़ जे बंदूक दे परखने दी हस हस छातियां नूं दावे गुरु जी तेरा खालसा कूर कूर मौत नूं डरावे गुरु जी तेरा खालसा कूर कूर मौत नूं डरावे गुरु जी तेरा खालसा कूर कूर मौत नूं डरावे गुरु जी तेरा खालसा तेरे दरबार दियां बकरां नूं राज मन्ने तेरे दरबार दियां बकरां नूं ठोकरां माबियां नूं लावे गुरु जी तेरा खालसा कूर कूर मौत नूं डरावे गुरु जी तेरा खालसा कूर कूर मौत नूं डरावे गुरु जी तेरा खालसा कूर कूर मौत नूं डरावे गुरु जी तेरा खालसा पांच बुक तेरे बाटे विचों अमृत वाले पांच बुक पी के तेरे बाटे विचों अमृत वाले मस्ते हुए हाथियां नूं ढावे गुरु जी तेरा खालसा कूर कूर मौत नूं डरावे गुरु जी तेरा खालसा कूर कूर मौत नूं डरावे गुरु जी तेरा खालसा ਗੜੀ ਦੇ ਉੱਪਰੋਂ ਲਲਕਾਰੇ ਮਾਰੇ ਸਿੰਘਾਂ ਨੇ ਆਓ ਜੇ ਹਿੰਮਤ ਹੈ ਕਲੰਗੀ ਵਾਲੇ ਪਾਤਸ਼ਾਹ ਨੇ ਪੰਜ ਪੰਜ ਦੇ ਜਥੇ ਬਣਾ ਕੇ ਭੇਜੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਵੀ ਭੇਜਿਆ ਜੁਝਾਰ ਸਿੰਘ ਜੀ ਨੂੰ ਵੀ ਭੇਜਿਆ ਸਾਹਮਣੇ ਖੜ੍ਹੇ ਕਲੰਗੀ ਵਾਲੇ ਦੇਖ ਰਹੇ ਨੇ ਦੋਹਾਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਹੁੰਦਿਆਂ ਨੂੰ ਸਤਿਸੰਗ ਜੀ ਰਾਤ ਪੈ ਗਈ ਅੱਠ ਪੋਹ ਦੀ ਰਾਤ ਨੂੰ ਕਲੰਗੀ ਵਾਲੇ ਪਾਤਸ਼ਾਹ ਆਖਣ ਲੱਗੇ ਸਿੰਘਾਂ ਨੂੰ ਜਿਨ੍ਹਾਂ ਦੀ ਗਿਣਤੀ ਸੱਤ ਰਹਿ ਗਈ ਸੀ ਸਤਿਸੰਗ ਜੀ ਆਖਣ ਲੱਗੇ ਖਾਲਸਾ ਜੀ ਅਸੀਂ ਅੱਜ ਰਾਤ ਨੂੰ ਸਾਡਾ ਪੂਰਾ ਪ੍ਰੋਗਰਾਮ ਹੈ ਕੱਲ੍ਹ ਨੂੰ ਅਸੀਂ ਜੰਗ ਦੇ ਵਿੱਚ ਜਾਵਾਂਗੇ ਕੱਲ੍ਹ ਨੂੰ ਅਸੀਂ ਜੰਗ ਦੇ ਵਿੱਚ ਸ਼ਹੀਦੀ ਪਾ ਜਾਣੀ ਹੈ ਜਬ ਆਪ ਕੀ ਅਹੁਦ ਨਿਦਾਨ ਪਰ ਅਤ ਹੀ ਰਣ ਮੈਂ ਤਬ ਜੂਝ ਮਰ ਕੱਲ੍ਹ ਨੂੰ ਅਸੀਂ ਖੁਦ ਜੰਗ ਦੇ ਵਿੱਚ ਜਾਵਾਂਗੇ ਖਾਲਸਾ ਪੰਥ ਆਗਣ ਲੱਗਿਆ ਮਹਾਰਾਜ ਜੀ ਅਸੀਂ ਪੰਜ ਸਿੰਘ ਤੁਹਾਨੂੰ ਹੁਕਮ ਦਿੰਦੇ ਹਾਂ ਤੁਸੀਂ ਰਾਤੋ ਰਾਤ ਗੜੀ ਨੂੰ ਛੱਡ ਜਾਵੋ ਅਜੇ ਖਾਲਸਾ ਪੰਥ ਦੀ ਉਮਰ ਛੋਟੀ ਹੈ ਮਹਾਰਾਜ ਜੀ ਉਹ ਆਪ ਜੀ ਨੇ ਬੜੇ ਵੱਡੇ ਵੱਡੇ ਕਾਰਜ ਕਰਨੇ ਨੇ ਸਾਡਾ ਹੁਕਮ ਹੈ ਅਸੀਂ ਹੁਕਮ ਕਰਦੇ ਹਾਂ ਕਿ ਤੁਸੀਂ ਹੁਣੇ ਰਾਤ ਨੂੰ ਗੜੀ ਨੂੰ ਛੱਡ ਦੇਵੋ ਮਹਾਰਾਜ ਜੀ ਨੇ ਸੀਸ ਝੁਕਾਇਆ ਪੰਜਾਂ ਦੇ ਹੁਕਮ ਅੱਗੇ ਸੋ ਮਹਾਰਾਜ ਜੀ ਨੇ ਆਪਣੀ ਜਿਗਾ ਕਲੰਗੀ ਉਤਾਰ ਦਿੱਤੀ ਭਾਈ ਸੰਤ ਸਿੰਘ ਜੀ ਦੇ ਸੀਸ ਦੇ ਉੱਪਰ ਲਗਾ ਦਿੱਤੀ ਸਤਿਸੰਗ ਜੀ ਮਹਾਰਾਜ ਜੀ ਨੇ ਪੰਜਾਂ ਸਿੰਘਾਂ ਦੀਆਂ ਸਾਰੇ ਸਿੰਘਾਂ ਦੀ ਪਰਿਕਰਮਾ ਕੀਤੀ ਤਿੰਨ ਵਾਰ ਨਮਸਕਾਰ ਕੀਤੀ ਪੰਜਾਂ ਨੂੰ ਨਮਸਕਾਰ ਕਰਕੇ ਮਹਾਰਾਜ ਜੀ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਨੂੰ ਨਾਲ ਲੈ ਕੇ ਕਿਉਂਕਿ ਗੜੀ ਦੇ ਵੱਡੇ ਦਰਵਾਜ਼ੇ ਅੱਗੇ ਬੜਾ ਭਾਰੀ ਸਖਤ ਪਹਿਰਾ ਸੀ ਪਿਛਲੀ ਬਾਰੀ ਥਾਈਂ ਛੋਟੇ ਦਰਵਾਜ਼ੇ ਥਾਈਂ ਮਹਾਰਾਜ ਜੀ ਨਿਕਲੇ ਜੋੜਾ ਮਹਾਰਾਜ ਜੀ ਨੇ ਪਹਿਲਾਂ ਹੀ ਲਾ ਦਿੱਤਾ ਸੀ ਕਿ ਸ਼ਹੀਦੀ ਸਿੰਘਾਂ ਦੇ ਸਿਰਾਂ ਦੇ ਨਾਲ ਨਾ ਕਿਤੇ ਲੱਗੇ ਸਤਿਕਾਰ ਵਾਸਤੇ ਕਿ ਰਸਤੇ ਦੇ ਵਿੱਚ ਕਿੰਨੇ ਸਿੰਘ ਸ਼ਹੀਦ ਪਏ ਨੇ ਉਹਨਾਂ ਦੇ ਸਤਿਕਾਰ ਵਾਸਤੇ ਮਹਾਰਾਜ ਜੀ ਨੇ ਜੋੜਾ ਆਪ ਲਾਇਆ ਸੀ ਸਤਿਸੰਗ ਜੀ ਵੀ ਕਿਤੇ ਸਿੰਘ ਦੇ ਨਾਲ ਨਾ ਸਾਡਾ ਜੋੜਾ ਸ਼ੁਰੂ ਹੋ ਜਾਵੇ ਸੋ ਉੱਥੋਂ ਗੁਰੂ ਮਹਾਰਾਜ ਜੀ ਚੁੱਪ ਕਰਕੇ ਨਹੀਂ ਨਿਕਲੇ ਨਹੀਂ ਨਿਕਲੇ ਗੁਰੂ ਮਹਾਰਾਜ ਜੀ ਨੇ ਉੱਚੀ ਆਵਾਜ਼ ਦੇ ਵਿੱਚ ਆਖਿਆ ਕਿ ਦੇਖਿਓ ਕਿਤੇ ਦੁਨੀਆ ਦੇ ਲੋਕ ਔਰੰਗਜ਼ੇਬ ਦੀਆਂ ਫੌਜਾਂ ਇਹ ਸਮਝਣ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲੁੱਕ ਕੇ ਚਲਿਆ ਗਿਆ ਇਸ ਤਰ੍ਹਾਂ ਉੱਚੀ ਆਵਾਜ਼ ਦੇ ਵਿੱਚ ਮਹਾਰਾਜ ਜੀ ਨੇ ਇਸ ਤਰ੍ਹਾਂ ਆਖਿਆ ਤਾੜੀ ਮਾਰ ਕੇ ਗੁਰਾਂ ਨੇ ਆਖਿਆ ਸਿੱਖਾਂ ਦਾ ਗੁਰੂ ਲੰਘ ਚੱਲਿਆ ਮਾਰ ਕੇ ਗੁਰਾਂ ਨੇ ਆਖਿਆ ਸਿੱਖਾਂ ਦਾ ਗੁਰੂ ਲੰਘ ਚੱਲਿਆ ਗੁਰਾਂ ਨੇ ਆਖਿਆ ਸਿੱਖਾਂ ਦਾ ਗੁਰੂ ਲੰਘ ਚੱਲਿਆ
ਸਿੱਖਾਂ ਦਾ ਗੁਰੂ ਲੰਘ ਚੱਲਿਆ ਮੇਰੇ ਪਿਆਰੇ ਸਿੱਖਾਂ ਦਾ ਗੁਰੂ ਲੰਘ ਚੱਲਿਆ ਤਾੜੀ ਮਾਰ ਕੇ ਨਿਕਲੇ ਸਾਧ ਸੰਗਤ ਜੀ ਨਾਲ ਭਾਈ ਦਿਆ ਸਿੰਘ ਧਰਮ ਸਿੰਘ ਮਾਨ ਸਿੰਘ ਹਨ ਉਹਨਾਂ ਨੂੰ ਸਮਝਾ ਦਿੱਤਾ ਤਾਰੇ ਦੀ ਸੇਧ ਦੇ ਨਾਲ ਮਾਛੀਵਾੜੇ ਸਾਹਿਬ ਵੱਲ ਜਾਣਾ ਹੈ ਪਿੱਛੇ ਗੜੀ ਵਾਲੇ ਸਿੰਘਾਂ ਨੂੰ ਆਖਿਆ ਸੀ ਜਦੋਂ ਅਸੀਂ ਨਿਕਲੀਏ ਤੁਸੀਂ ਜਕਾਰੇ ਛੱਡਣੇ ਨੇ ਨਗਾਰੇ 'ਤੇ ਚੋਟ ਲਾਉਣੀ ਹੈ ਸੋ ਦੁਸ਼ਮਣ ਨੇ ਸਮਝਿਆ ਲੜਾਈ ਸ਼ੁਰੂ ਹੋ ਗਈ ਹੈ ਜਦੋਂ ਇਹ ਆਵਾਜ਼ ਸੁਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਟਾਵੜੀ ਸ਼ੁਰੂ ਹੋ ਗਈ ਉਸ ਦੇ ਵਿੱਚ ਹੀ ਮਹਾਰਾਜ ਦੀ ਲੰਘ ਹੈ ਸਤ ਸੰਗਤ ਜੀ ਜਾ ਰਹੇ ਨੇ ਕਲਗੀ ਵਾਲੇ ਪਾਤਸ਼ਾਹ ਭਾਈ ਦਿਆ ਸਿੰਘ ਧਰਮ ਸਿੰਘ ਮਾਨ ਸਿੰਘ ਦੂਜੇ ਪਾਸੇ ਚਲੇ ਗਏ ਜੰਗਲ ਦੇ ਵਿੱਚ ਇਕੱਲੇ ਜਾ ਰਹੇ ਨੇ ਪਾਤਸ਼ਾਹ ਸਤ ਸੰਗਤ ਜੀ ਰਾਤ ਦਾ ਸਮਾਂ ਹੈ ਹਨੇਰੀ ਰਾਤ ਹੈ ਸਿਆਲ ਦੀ ਰਾਤ ਹੈ ਸਤ ਸੰਗਤ ਜੀ ਠੰਡੀ ਹਵਾ ਚੱਲਦੀ ਹੈ ਪਾਤਸ਼ਾਹ ਦੇ ਉੱਪਰ ਕੋਈ ਕੱਪੜਾ ਵੀ ਨਹੀਂ ਲਿਆ ਮਹਾਰਾਜ ਜੀ ਨੇ ਕੱਪੜੇ ਝਾੜਾਂ ਦੇ ਨਾਲ ਫਸ ਫਸ ਕੇ ਪਾੜ ਰਹੇ ਨੇ ਸਤ ਸੰਗਤ ਜੀ ਹਜ਼ੂਰ ਦਾ ਚੋਲਾ ਮਹਾਰਾਜ ਜੀ ਦਾ ਰੇਸ਼ਮੀ ਚੋਲਾ ਲੀਰੋ ਲੀਰ ਹੋ ਗਿਆ ਪਾਤਸ਼ਾਹ ਮਖਮਲੀ ਸੇਜਾਂ ਦੇ ਉੱਪਰ ਬੈਠਣ ਵਾਲੇ ਅਨੰਦਪੁਰ ਸਾਹਿਬ ਦੇ ਵਿੱਚ ਗੱਦੀਆਂ ਦੇ ਬਿਰਾਜਮਾਨ ਹੋਣ ਵਾਲੇ ਪਾਤਸ਼ਾਹ ਅੱਜ ਨੰਗੇ ਪੈਰੀਂ ਜਾ ਰਹੇ ਨੇ ਸਤ ਸੰਗਤ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਬਾਰੇ ਭਾਈ ਨੰਦ ਲਾਲ ਜੀ ਬੜੀਆਂ ਸੋਹਣੀਆਂ ਲਾਈਨਾਂ ਲਿਖੀਆਂ ਨੇ ਹਜ਼ੂਰ ਦੀ ਵਡਿਆਈ ਦੇ ਵਿੱਚ ਭਾਈ ਨੰਦ ਲਾਲ ਜੀ ਫੁਰਮਾਨ ਕਰਦੇ ਨੇ ਆਪਣੀਆਂ ਗਜ਼ਲਾਂ ਦੇ ਵਿੱਚ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸੱਚਮੁੱਚੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲੇ ਬਾਦਸ਼ਾਹ ਨੇ ਅਤੇ ਨਾਲੇ ਅੱਜ ਦਰਵੇਸ਼ ਬਣੇ ਹੋਏ ਨੇ ਹੱਕ ਹੱਕ ਆਦੇ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਾਹਨ ਸ਼ਾਹ ਗੁਰੂ ਗੋਬਿੰਦ ਸਿੰਘ ਹੱਕ ਹੱਕ ਆ ਗਾ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਾਹਨ ਸ਼ਾਹ ਗੁਰੂ ਗੋਬਿੰਦ ਸਿੰਘ ਸ਼ਹਿਨ ਸ਼ਾਹਾਂ ਦੇ ਸ਼ਹਿਨ ਸ਼ਾਹ ਦਰਵੇਸ਼ਾਂ ਦੇ ਦਰਵੇਸ਼ ਅੱਜ ਦਰਵੇਸ਼ ਬਣ ਕੇ ਜਾ ਰਹੇ ਨੇ ਸਤ ਸੰਗਤ ਜੀ ਹੱਥ ਦੇ ਵਿੱਚ ਨੰਗੀ ਤਲਵਾਰ ਹੈ ਹਜ਼ੂਰ ਦੇ ਪੈਰਾਂ ਦੇ ਵਿੱਚ ਕੰਡੇ ਵੱਜ ਰਹੇ ਨੇ ਉਸ ਮੌਕੇ ਹਜ਼ੂਰ ਦੀ ਕੀ ਅਵਸਥਾ ਹੋਈ ਹੋਈ ਹੈ ਪੈਰੀਂ ਦਿਸਦਾ ਨੀ ਮਖਮਲੀ ਜੋੜਾ ਜਾਮ ਲੀਰੋ ਲੀਰੋ ਗਿਆ ਦਿਸਦਾ ਨੀ ਮਖਮਲੀ ਜੋੜਾ ਜਾਮ ਲੀਰੋ ਮਾਲੀ
सिंह महाराज जी दे वस्त्र झाड़ां दे विच फस फस के पाट गए महाराज जी, पैरां दे विच छाले पै गए। सतसंग जी जा रहे ने पातशाह, अकाल पुरख का पुत्र जा रहा है। गुरु गोबिंद सिंह जी महाराज अकाल पुरख के पुत्र बन के आए सी, मैं अपना सुत तोहे निवाजा। अज अकाल पुरख का पुत्र सतसंग जी नंगे पैरी जा रहा है, कितने कोई वजीर का पुत्र होवे ना वजीर का, उस दी भी अजकल सतसंग जी हालत देख लो तुसी। पर कलगीधर पातशाह उस अकाल पुरख के पुत्र बने हुए अज भाणा मन के जा रहे ने सतसंग जी। इस तरह आनंदपुर साहब के दरबार के किनिया रौनक होंदिया सी महाराज जी के आले दुआले, तो अज पातशाह कले जा रहे ने। किथे लालनी गुरु जी अज तेरे, किथे तेरिया गईया संगतां, किथे लालनी गुरु जी अज तेरे, किथे तेरिया गईया संगतां, सतसंग जी। गुरु गोबिंद सिंह जी महाराज श्री झाड़ साहब उस तो पहला जंड साहब होंदे हुए महाराज जी रात दे हनेरे दे विच पहुँचे श्री माछीवाड़े साहब। जंगल दे विच महाराज जी जा रहे ने, थके हुए ने महाराज जी सारी रात दे जंगा युद्धां दे विच ही। आनंदपुर साहब तो जदों तो महाराज जी ने चाले पाए सी आराम नहीं सी कीता, ना कुछ छकिया सी पातशाह ने। सतसंग जी विचार कर लो किन्ने दिनों दे महाराज भुखे ना महाराज जी सुते सन, कोई आराम नहीं सी कीता। सो थकावट दे कारण सतसंग जी नींद तो आ ही जाती है। महाराज जी ने सोचा जंगल दे विच थोड़ा आराम करिए। सतसंग जी एक खूह की टिंड लैके महाराज जी ने सराहने रखी, तो उत्थे महाराज जी लेट गए, अपना कमर कस्सा खोल के महाराज जी ने दुआले ले लिया। तो इस तरह कलगी वाले पातशाह दोहां जहाना दे मालक
अज जंगल दे विच किस तरह पए ने सतसंग जी। माही टिंड दा सराणा ला के सौ गया सारा परिवार वार के, माही टिंड दा सराणा ला के सौ गया सारा परिवार वार के, सारे परिवार नूं वार के महाराज जी सुरखरू होए पए ने। सुरखरू होए महाराज जी लेट गए टिंड दा सराणा ला के सतसंग जी। नींद की आउणी सी, अकाल पुरख दे नाल सुरत जुड़ गई। उस अकाल पुरख दे सपुत्र जो सन, अकाल पुरख दा ध्यान धर के सतसंग जी एक सिंघां शहीदां दे राहीं जिस तरह दो गल्लां करी दियां ने ना, जिस तरह कोई सुनेहा दे रहा होवे वी साडा सुनेहा दे दिओ जाके सचखंड दे वासी नूं, साडे पिता अकाल पुरख नूं किहड़ा सुनेहा दिता। गुरु महाराज ने कोई शिकवा नहीं किया, कोई रोस नहीं किया मन दे विच। वड्डे वड्डे अवतारां ने भी रोस किया, वड्डे वड्डे अवतार रामचंद्र जी, राम जी दे जाने का विछोड़ा ना सहार सका, महलों से गिर दशरथ प्राण को गवाए हैं। जदों सीता ते लक्ष्मण विछड़े उदों रामचंद्र जी रोए। गुरु गोबिंद सिंह महाराज ने शिकवा कोई नहीं किया, अकाल पुरख पिता नूं इह सुनेहा दिता। साडा हाल जी मुरीदां दा कहना मित्र प्यारे नूं, साडा हाल मुरीदां दा कहना मित्र प्यारे, yeah।
प्यारे नू हाल मुरीदा दा कहना सूल सुराही खंजर प्याला बिंग कसाइया दे रहना। सो इस तरह गुरु गोबिंद सिंह महाराज जी ने उस अकाल पुरख अपने पिता नू इस तरह सतसंग जी याद किया। सो उस तो बाद महाराज जी उठे जाके गुलाबे मसंद का खूह है सतसंग जी नाल ही बाग सी। महाराज जी ने जाके जल छकिया खूह दे नालों टेंड लाही जल छकिया महाराज जी ने ते बाग दे विच चले गए पातशाह। जदों दिन चढ़िया गुलाबे मसंद दा नौकर आया बाग दे विच देखिया पछाण कीती वी तां गुरु गोबिंद सिंह जी महाराज ने। उस वेले भज्जिया गया जाके दस्या गुलाबे नूं कि गुरु गोबिंद सिंह जी महाराज तुहाडे बाग दे विच आए ने। साध संगत जी दिने नहीं आया डरदा रात नूं आया महाराज जी नूं लैण वास्ते। रात नूं अपने घर लै गया प्रशादा छकाया। प्रशादा छकाउण तों बाद गल्लां बातां कीतियां महाराज जी पता लग्गिया आप जी नूं बड़ा दुख होया इस तरह होया जी महाराज जी हुण तुसीं इस तरह करो तुहानूं होर बहुत जाण देना रात किसी होर दे घर कट लो जाके प्रशादा तां तुसीं छके लिया तुसीं रात किसी होर दे चले जाओ पातशाह जी। वह आप जी के पिछे फौजियां लगियां हुई ने डर गया। कबीर कसौटी राम की झूठा टिके ना होए राम कसौटी सोस है जो मर जीवा होए। कलंगियां वाले पातशाह नूं रात कटाउण तो जवाब दे दिता सतसंग जी। गुरु सामने खड़ा है आखण लगा रात किते होर कट लियो। उधर खड़े ने गुरमुख प्यारे गुरु के नबी खां गनी खां घोड़िया के व्यापारी से आनंदपुर साहब घोड़े लेके जाते होंगे सी महाराज जी के कोल वेचण वास्ते। उन्होंने भी पता लग्या बई कलगिया वाले पातशाह साढ़े नगर के आए हुए ने पहुँचे गुलाबे के घर। उधर गुलाबा विदा कर रहे हैं महाराज जी कि महाराज जी रात कितने होर कट लियो। उधर गनी खां नबी खां गल दे विच पल्ला पा के खड़े हैं कि महाराज जीओ साढ़े धन भाग महाराज जीओ असी तुहानू लैण वास्ते आए हाँ सच्चे पातशाह जीओ। किन्ना समा हो गया आप जी के दर्शन नहीं होए साडा मन तो बड़ी देर का उड़ीकदा सी आप जी के दर्शन नू सच्चे पातशाह जीओ। मन लोचदा प्रीतमा मेरा तेरे मेरा
ਪਾਤਸ਼ਾਹ ਜੀ ਉਹ ਆਪ ਜੀ ਦੇ ਬਾਰੇ ਖਬਰਾਂ ਬੜੀਆਂ ਸੁਣੀਆਂ, ਮਨ ਦੇ ਵਿੱਚ ਬੜਾ ਗੁੱਸਾ ਸੀ ਮਹਾਰਾਜ ਜੀ ਉਹ, ਅੱਜ ਸਾਡੇ ਧੰਨ ਭਾਗ ਆਪ ਜੀ ਦੇ ਦਰਸ਼ਨ ਹੋਏ ਹਨ। ਸੋ ਗੁਲਾਬਾ ਮਸੰਦ ਨੇ ਵਿਦਾ ਕੀਤਾ ਮਹਾਰਾਜ ਜੀ ਨੂੰ ਸਤਸੰਗ ਜੀ, ਜਿਨ੍ਹਾਂ ਦੇ ਮਨ ਦੇ ਵਿੱਚ ਪ੍ਰੇਮ ਸੀ ਉਹ ਲੈਣ ਵਾਸਤੇ ਆਏ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆਂ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆਂ। ਉਹ ਕੱਚਾ ਸੀ, ਉਹ ਭਾਵੇਂ ਮੁਸਲਮਾਨ ਸੀ ਨਬੀ ਖਾਂ ਗੰਨੀ ਖਾਂ, ਪਰ ਮਨ ਦੇ ਵਿੱਚ ਪ੍ਰੇਮ ਸੀ ਉਹ ਸੱਚੇ ਸਨ ਸਤਸੰਗ ਜੀ। ਰੱਤੇ ਸਹੀ ਜੇ ਮੁੱਖ ਨਾ ਮੁੜਨ, ਝੜ ਝੜ ਪੈਂਦੇ ਕੱਚੇ ਬਿਰਹੀ ਕਿੰਨਾ ਸਾਰ ਨਾ ਆਈ। ਕਿਉਂਕਿ ਪੱਕਾ ਸੀ ਮਨ ਦੇ ਵਿੱਚ ਪ੍ਰੇਮ ਸੀ ਸਤਸੰਗ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਪਣੇ ਘਰ ਲੈ ਗਏ, ਬੜੀ ਸੇਵਾ ਕੀਤੀ, ਮਨ ਖੁਸ਼ ਹੋਇਆ ਮਹਾਰਾਜ ਜੀ ਦੀ ਸੇਵਾ ਕਰਕੇ। ਸਤਸੰਗ ਜੀ, ਉੱਥੇ ਇੱਕ ਬਿਰਧ ਮਾਈ ਮਾਤਾ ਹਰਦੇਵੀ ਰਹਿੰਦੀ ਸੀ, ਜਿਹੜੀ ਹਰ ਸਾਲ ਅਨੰਦਪੁਰ ਸਾਹਿਬ ਆਪਣੇ ਹੱਥੀਂ ਖੱਦਰ ਦਾ ਕੱਪੜਾ ਤਿਆਰ ਕਰਕੇ ਕਲਗੀ ਵਾਲੇ ਪਾਤਸ਼ਾਹ ਨੂੰ ਜਾ ਕੇ ਦਿੰਦੀ ਸੀ। ਉਹ ਹੁਣ ਬਿਰਧ ਹੋ ਚੁੱਕੀ ਸੀ, ਅੱਖਾਂ ਦੀ ਜੋਤ ਚਲੀ ਗਈ ਸੀ, ਕਈ ਹੱਥੀਂ ਕੱਪੜੇ ਤਿਆਰ ਕੀਤੇ ਔਰ ਘਰੇ ਪਏ ਸੀ ਕਿਉਂਕਿ ਜਾ ਨਹੀਂ ਸੀ ਸਕਦੀ। ਉਸ ਨੂੰ ਵੀ ਜਦੋਂ ਪਤਾ ਲੱਗਿਆ ਵੀ ਕਲਗੀ ਵਾਲੇ ਪਾਤਸ਼ਾਹ ਸਾਡੇ ਮਾਛੀਵਾੜੇ ਦੇ ਵਿੱਚ ਆਏ ਹੋਏ ਨੇ, ਬੇਨਤੀਆਂ ਕਰਦੀ ਹੈ, ਸੱਚੇ ਪਾਤਸ਼ਾਹ ਬੜੀ ਦੇਰ ਹੋ ਗਈ ਮਹਾਰਾਜ ਜੀ ਉਹ ਆਪ ਜੀ ਦੇ ਦਰਸ਼ਨ ਨਹੀਂ ਹੋਏ, ਹੁਣ ਮੈਨੂੰ ਇੱਥੇ ਘਰੇ ਆ ਕੇ ਦਰਸ਼ਨ ਦੇਵੋ ਮਹਾਰਾਜ ਜੀ ਉਹ। ਇਸ ਤਰ੍ਹਾਂ ਮਾਈ ਹਰਦੇਈ ਪ੍ਰੇਮ ਦੇ ਸਹਿਤ ਗੁਰੂ ਮਹਾਰਾਜ ਜੀ ਨੂੰ ਬੇਨਤੀਆਂ ਕਰਦੀ ਹੈ ਅਤੇ ਕਲਗੀ ਵਾਲੇ ਪਾਤਸ਼ਾਹ ਉਸ ਦੀ ਬੇਨਤੀ ਨੂੰ ਮੰਨ ਕੇ ਸਤਸੰਗ ਜੀ ਉਸ ਦੇ ਘਰ ਆਏ। ਪਾਤਸ਼ਾਹ ਆਏ, ਸੇਵਾ ਕੀਤੀ, ਆਖਣ ਲੱਗੀ ਮਹਾਰਾਜ ਜੀ ਉਹ ਮੈਂ ਤਾਂ ਹੁਣ ਆਪ ਜੀ ਦੇ ਦਰਸ਼ਨ ਵੀ ਨਹੀਂ ਕਰ ਸਕਦੀ, ਮੈਂ ਤਾਂ ਮੇਰੀ ਤਾਂ ਜੋਤ ਚਲੀ ਗਈ ਆ ਮਹਾਰਾਜ ਜੀ, ਉਹ ਕਿਰਪਾ ਕਰੋ। ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨੇਤਰ ਪ੍ਰਕਾਸ਼ ਕੀਏ, ਗੁਰਦੇਵ ਮਾਤਾ ਦੀ ਜੋਤ ਆ ਗਈ, ਅੱਖਾਂ ਦੀ ਦਰਸ਼ਨ ਕੀਤੇ, ਨਿਹਾਲ ਹੋ ਗਈ। ਹੱਥੀਂ ਜੋ ਬਣਾਇਆ ਸੀ ਕੱਪੜਾ ਖਦਰ ਦਾ ਦਿੱਤਾ ਮਹਾਰਾਜ ਜੀ ਨੂੰ ਅਤੇ ਮਹਾਰਾਜ ਨੇ ਪ੍ਰਵਾਨ ਕੀਤਾ, ਆਖਣ ਲੱਗੀ ਮਹਾਰਾਜ ਜੀ ਉਹ ਇਹ ਮੇਰਾ ਪ੍ਰੇਮ ਦਾ ਪਟੋਲਾ ਹੈ, ਬੜੇ ਪ੍ਰੇਮ ਦੇ ਨਾਲ ਹੱਥੀਂ ਤਿਆਰ ਕੀਤਾ ਮਹਾਰਾਜ ਜੀ ਉਹ, ਹੁਣ ਮੇਰੀ ਦਰਗਾਹ ਦੇ ਵਿੱਚ ਇੱਜ਼ਤ ਆਪ ਜੀ ਨੇ ਰੱਖਣੀ ਹੈ। ਢੱਕਣ ਕੋ ਮੱਥ ਮੇਰੀ ਦਿੱਤਾ ਪ੍ਰੇਮ ਦਾ ਪਟੋਲਾ, ਢੱਕਣ ਕੋ ਮੱਥ ਮੇਰੀ ਦਿੱਤਾ ਪ੍ਰੇਮ ਦਾ ਪਟੋਲਾ, ਖੱਦਰ ਦਾ ਕੱਪੜਾ ਪ੍ਰੇਮ ਸਹਿਤ ਦਿੱਤਾ ਹੋਇਆ ਪ੍ਰਵਾਨ ਕਰਿਓ ਅਤੇ ਮੇਰੀ ਦਰਗਾਹ ਦੇ ਵਿੱਚ ਪੱਤ ਰੱਖਿਓ। ਸੋ ਪਾਤਸ਼ਾਹ ਜੀ ਨੇ ਉਹੀ ਕੱਪੜਾ ਨਬੀ ਖਾਂ ਗੰਨੀ ਖਾਂ ਨੂੰ ਦਿੱਤਾ, ਅਗਲਾ ਪ੍ਰੋਗਰਾਮ ਸ਼ੁਰੂ ਕੀਤਾ ਮਹਾਰਾਜ ਜੀ ਨੇ, ਜਾਓ ਨਬੀ ਖਾਂ ਇਸ ਨੂੰ ਨੀਲਾ ਰੰਗ ਦਵਾ ਕੇ ਲਿਆਓ। ਗਏ ਲਲਾਰੀ ਦੇ ਪਾਸ, ਲਲਾਰੀ ਆਖਣ ਲੱਗਾ ਹੁਣ ਤਾਂ ਦਿਨ 10-15 ਲੱਗਣਗੇ, ਮੇਰਾ ਰੰਗ ਤਿਆਰ ਨਹੀਂ। ਮਹਾਰਾਜ ਜੀ ਆਖਣ ਲੱਗੇ ਜਾਓ ਉਸ ਨੂੰ ਆਖੋ ਕਿ ਆਪਣੇ ਮੱਟ ਦੇ ਵਿੱਚ ਨਾ ਕੱਪੜਿਆਂ ਨੂੰ ਡੋਬ ਦੇਵੇ, ਰੰਗ ਤਿਆਰ ਹੈ। ਸੋ ਸਤਸੰਗ ਜੀ, ਨੀਲੇ ਰੰਗਵਾਏ ਮਹਾਰਾਜ ਜੀ ਨੇ, ਨੀਲ ਵਸਤਰ ਲੈ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀਆ। ਸੋ ਪਾਤਸ਼ਾਹ ਗੁਰਦੇਵ ਪਿਤਾ
सतसंग जी नबी खां गनी खां ने भी आख्या सी महाराज जी ओ इत्थों जाण दा तरीका हुण सिर्फ इक्को ही है थां थां ते फौजां दे पहरे लगे होए ने महाराज जी ओ साडे पीर बण जाओ तुसीं उच्चे पीर उच्चियां तों उच्चे साडे पीर बण जाओ पलंगा लिआंदा गया महाराज जी विराजमान होए नीले कपड़े पहने महाराज जी ने अपने केस पीरां दे वांग पिछे नूं सुटे ते नबी खां गनी खां ने दोहां पावियां तों पलंगा चकिया ते सतसंग जी पिछले पासों दोहां सिंघां ने भाई दया सिंह भाई धर्म सिंह भाई मान सिंह जी चौर कर रहे ने सो इस तरह कलंगी वाले पातशाह उच्चे पीर बन के माछी वाड़े दे विचों जा रहे ने नील बस्त्र लै कपड़े पैरे तुरक पठानी अमल किया नील बस्त्र लै कपड़े पैरे तुरक पठानी अमल किया कल मैं वेद थर्बण हुआ नाउ खुदाई अलो भया नील वस्त्र लै कपड़े पैरे तुरक पठानी अमल किया गुरु नानक देव महाराज जी की पंक्ति श्री आसा जी वार दी सो इस तरह नीले वस्त्र पहन के गुरु गोबिंद सिंह जी महाराज उच्चे पीर बन के पलंगे दे बैठे जा रहे ने पैसे चोज ने मेरे पातशाह दे सो सतसंग जी जा रहे ने अगे थां थां पहरे लगे हुए ने जिथे हुण गुरद्वारा साहब कृपान भेट बनया हुआ इत्थे वड्डी चौंकी सी पुलिस वालियां दी फौज वालियां दी वड्डी चौंकी आखण लगे सूबेदार आखण लगा ये कौन जा रहे ने असी तलाशी लैनी है कितने गुरु गोबिंद सिंह जी तो नहीं जा रहे नबी खां गनी खां आखण लगे ये साढ़े पीर ने कौन पीर ने ये साढ़े उच्चे पीर ने आखण लगे दर्शन कराओ सानू दर्शन किते आखण लगे इस तरह नहीं असी जान देंदे सानू कोई गवाह लिया हो ये पीर ने सो सतसंग जी लागले पिंड का एक मौलवी सद्या मौलवी जो महाराज जी ने आनंदपुर साहब के बड़ा श्रद्धालु सी महाराज जी का दर्शन किते निहाल हो गया आखन लगा सूबेदार नू जो फौज का सूबेदार सी ओए उच्चे पीर नहीं ये तो उच्चियां तो उच्चे अल्लाह का रूप ने तुसी इन्हां नू क्यों रोकिया तुसी जान दो इन्हां नू ये तो उच्चियां तो भी उच्चे पीर ने सतसंग जी इस तरह कलंगी वाले पातशाह आखन लगे जे उच्चियां दे उच्चे पीर ने साडा भी इन्हां नू फिर इज्जत करन दा फर्ज ही बनता है प्रशादा छकाए बिना नहीं असी जान देना सो अपना मुसलमानी खाना तैयार किया है असी उन्हों का परोसया जदों परोसया भाई दया सिंह जी देखते ने आले दुआले कि महाराज जी की करिए महाराज जी आखन लगे कृपान कढ़ो श्री साहब भेट करके छको सो श्री साहब भेट करके महाराज जी ने उत्थों अपने लाड़वी बन लिया जिहड़ा गुरुद्वारे देग सर जाके देग वरताई सी महाराज जी ने
ਸੋ ਇਸ ਤਰ੍ਹਾਂ ਚੋਜ ਕੀਤੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ। ਅੱਜ ਮੁਸਲਮਾਨ ਫੌਜੀ ਮਹਾਰਾਜ ਦੀ ਇੱਜ਼ਤ ਕਰਦੇ ਨੇ ਕਿ ਜਾਓ ਮਹਾਰਾਜ ਜੀ, ਸਾਡੇ ਤੋਂ ਗਲਤੀ ਹੋ ਗਈ ਹੈ, ਤੁਸੀਂ ਵਾਕਿਆ ਹੀ ਅੱਲਾ ਦਾ ਰੂਪ ਹੋ। ਸੋ ਇਸ ਤਰ੍ਹਾਂ ਕਲਗੀ ਵਾਲੇ ਪਾਤਸ਼ਾਹ, ਤੇਰੇ ਚੋਜਾਂ ਦਾ ਅਨੰਤ ਨਾ ਆਇਆ ਚੋਜੀ ਮੇਰੇ ਗੋਵਿੰਦਾ, ਤੇਰੇ ਚੋਜਾਂ ਦਾ ਅਨੰਤ ਨਾ ਆਇਆ ਚੋਜੀ ਮੇਰੇ ਗੋਵਿੰਦਾ, ਚੋਜਾਂ ਦਾ ਅੰਤ ਨਾ ਆਇਆ ਚੋਜੀ ਮੇਰੇ ਗੋਵਿੰਦਾ, ਚੋਜਾਂ ਦਾ ਅੰਤ ਨਾ ਆਇਆ ਚੋਜੀ ਮੇਰੇ ਗੋਵਿੰਦਾ, ਸਾਰੇ ਮਹਾਰਾਜ ਦੇ ਚੋਜ ਸਨ। ਮਹਾਰਾਜ ਜੀ ਕੀ ਨੀਤੀ ਕਰ ਸਕਦੇ, ਸਤਸੰਗ ਜੀ ਕੀ ਨੀਤੀ ਕਰ ਸਕਦੇ, ਮਹਾਰਾਜ ਜੀ ਸਭ ਕੁਝ ਕਰ ਸਕਦੇ ਸੀ ਪਰ ਭਾਣਾ ਮੰਨਿਆ ਸਤਸੰਗ ਜੀ। ਸੋ ਇਸ ਤਰ੍ਹਾਂ ਕਲਗੀ ਵਾਲੇ ਪਾਤਸ਼ਾਹ ਜਾ ਰਹੇ ਨੇ ਸਤਸੰਗ ਜੀ ਗੁਰਦੁਆਰਾ ਰੇਰੂ ਸਾਹਿਬ, ਉਸ ਤੋਂ ਉਰੇ ਗੁਰਦੁਆਰਾ ਲੱਲਾਂ ਜਿੱਥੇ ਮਹਾਰਾਜ ਜੀ ਗਏ, ਉਸ ਤੋਂ ਬਾਅਦ ਗੁਰਦੁਆਰਾ ਦੇਗ ਸਰ ਕਟਾਣਾ ਸਾਹਿਬ ਮਹਾਰਾਜ ਜੀ ਜਦੋਂ ਪਹੁੰਚੇ, ਜਿੱਥੇ ਮਹਾਰਾਜ ਜੀ ਨੇ ਜੋ ਦੇਗ ਸੀ ਉਹ ਵਰਤਾਈ, ਉੱਥੋਂ ਮਹਾਰਾਜ ਜੀ ਨੇ ਪਲੰਘਾ ਉਤਾਰਿਆ। ਪਾਤਸ਼ਾਹ ਨੇ ਨਬੀ ਖਾਂ ਗਨੀ ਖਾਂ ਨੂੰ ਬੜੀ ਸਰੋਪੇ ਦੀ ਬਖਸ਼ਿਸ਼ ਕੀਤੀ। ਸਰੋਪੇ ਦੀ ਬਖਸ਼ਿਸ਼ ਕਰਕੇ ਮਹਾਰਾਜ ਜੀ ਨੇ ਉਹਨਾਂ ਨੂੰ ਜਾਣ ਵਾਸਤੇ ਆਗਿਆ ਦਿੱਤੀ ਕਿ ਤੁਹਾਡੀ ਬਹੁਤ ਵੱਡੀ ਸੇਵਾ, ਤੁਹਾਡੀ ਸੇਵਾ ਪ੍ਰਵਾਨ ਹੋਈ ਹੈ। ਮਹਾਰਾਜ ਜੀ ਨੇ ਸਰੋਪਾ ਦੀ ਬਖਸ਼ਿਸ਼ ਕਰਕੇ ਦੋਹਾਂ ਭਰਾਵਾਂ ਨੂੰ ਜਦੋਂ ਵਿਦਾ ਕੀਤਾ, ਕਲਗੀ ਵਾਲੇ ਪਾਤਸ਼ਾਹ ਵੀ ਅੱਗੇ ਨੂੰ ਚਾਲੇ ਲੱਗੇ ਪਾਉਣ, ਤਾਂ ਦੋਵੇਂ ਭਰਾ ਖੜ੍ਹੇ ਦੇਖ ਰਹੇ ਨੇ, ਅੱਖਾਂ ਦੇ ਵਿੱਚੋਂ ਅੱਥਰੂ ਆਏ ਦੋਹਾਂ ਦੇ। ਆਖਣ ਲੱਗੇ ਕਲਗੀ ਵਾਲੇ ਪਾਤਸ਼ਾਹ, ਹੁਣ ਸਾਨੂੰ ਛੱਡ ਕੇ ਜਾ ਰਹੇ ਹੋ ਪਾਤਸ਼ਾਹ ਜੀ, ਉਹ ਕਿੱਥੇ ਚੱਲਿਓ ਵਿਛੋੜਾ ਪਾ ਕੇ, ਅੱਖੀਆਂ ਤਾਂ ਨਹੀਂ ਓ ਰਜੀਆਂ, ਕਿੱਥੇ ਚੱਲਿਓ ਵਿਛੋੜਾ ਪਾ ਕੇ, ਅੱਖੀਆਂ ਤਾਂ ਨਹੀਂ ਓ ਰਜੀਆਂ, ਅੱਖੀਆਂ ਤਾਂ ਨਹੀਂ ਓ ਰਜੀਆਂ, ਕਿੱਥੇ ਚੱਲਿਓ ਵਿਛੋੜਾ ਪਾ ਕੇ, ਅੱਖੀਆਂ ਤਾਂ ਨਹੀਂ ਓ ਕੀ।
तरह दोहां भरावां दे नेत्रां दे विचों वैराग दा जल जा रहा है। कलगी वाले पातशाह अजे तां असीं दर्शन करके साडियां अखां रजियां नहीं महाराज जीओ। सो इस तरह कलगी वाले पातशाह ने दोहां नूं सरोपा दे के बख्श दे के विदा किया। सो इस तरह सतसंग जी गुरु गोबिंद सिंह जी महाराज माछी वाले धरती नूं भाग ला के गए। जिथे जाए वह मेरा सतगुरु सो थान सुहावा राम राजे। अज श्री माछी वाले साहब दे विच बाबा हरवंश सिंह जी कार सेवा वाले सतसंग जी पूरी बनाई पई है। सचखंड बनाता बाबा जी ने। बाबा काला सिंह जी लल्लां वाले जिन्हां ने जिथे गुरु गोबिंद सिंह महाराज जी जंगल दे विच सुते सन उत्थे बाग ला दिते। सतसंग जी संगत फल छकदी है। बाबा काला सिंह जी गुरमुख प्यारे जिन्हां ने बागां की सेवा करवाई। बाबा हरवंश सिंह जी कार सेवा वाले जिन्हां ने सारे गुरद्वारे साहब की सेवा करवाई सतसंग जी। सो इस तरह गुरु गोबिंद सिंह महाराज जी ने माछीवाड़े की धरती दे विच चरण पा के पूरी बना दिता पातशाह ने। सो आओ सतसंग जी गुरु गोबिंद सिंह महाराज जी के किए हुए पर उपकारा याद करिए। महाराज ने साडे खातर सारा परिवार वारिया। साडे खातर नंगे पैरी महाराज जी आए। साडे खातर टिंड दा सराहना ला के सोए सतसंग जी। सो आओ गुरु गोबिंद सिंह महाराज जी के किए हुए पर उपकारा याद करके गुरु वाले बड़िए अपना जन्म सफला करिए। सतगुर मेरा जी राज मैं राजा जोग मैं जोगी। सतगुर मेरा जी राज मैं राजा जोग मैं जोगे। सतगुर मेरा जी राज मैं राजा जोग मैं जोगे। सतगुर मेरा जी राज मैं राजा जोग मैं जोगे। सतगुर मेरा जी राज मैं राजा जोग मैं जोगे। सतगुर मेरा जी राज मैं राजा जोग मैं जोगे। भाई सतगुर